ਕਿਆ ਭਾਅ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂ ਲਾਈਵ ਹੋਇਆ ਮੈਂ ਅੱਜ, ਅਤੇ ਹੋਣਾ ਜ਼ਰੂਰੀ ਵੀ ਸੀ ਐਟ ਦਿਸ ਮੂਮੈਂਟ। ਅਤੇ ਕੱਲ੍ਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਸ਼ਾਬਾਸ਼ ਮਿਲ ਰਹੀ ਹੈ ਬਹੁਤ, ਮੈਨੂੰ ਸਰਟੀਫਿਕੇਟ ਦਿੱਤੇ ਜਾ ਰਹੇ ਨੇ। ਅਤੇ ਇੱਧਰੋਂ ਉੱਧਰੋਂ ਬਾਈ ਤੂੰ ਐਂ ਕਰਤਾ, ਗਦਾਰੀ ਕਰਤੀ, ਫਲਾਨਾ ਕਰਤਾ, ਧਮਕਾ ਕਰਤਾ। ਲਾਈਵ ਮੈਂ ਹੋਣਾ ਸੀ, ਲਾਈਵ ਕੋਈ ਮੈਂ ਕਿਸੇ ਨੂੰ ਸਫਾਈ ਦੇਣ ਵਾਸਤੇ ਜਾਂ ਸਹੀ ਬਣਨ ਵਾਸਤੇ, ਸੱਚਾ ਬਣਨ ਵਾਸਤੇ ਜਾਂ ਪੋਚੇ ਮਾਰਨ ਵਾਸਤੇ ਮੈਂ ਲਾਈਵ ਨਹੀਂ ਹੋਇਆ। ਮੇਰੇ ਨਾਲ ਥੋੜ੍ਹੇ ਬਹੁਤ ਲੋਕ ਜੁੜੇ ਨੇ ਜਿਨ੍ਹਾਂ ਨੇ ਪਿਆਰ ਕਰਕੇ ਮੈਂ ਇੱਥੇ ਬੈਠਾ, ਅਤੇ ਜਿਹੜੇ ਜਿਨ੍ਹਾਂ ਨਾਲ ਮੇਰੇ ਦਿਲੋਂ ਰਿਸ਼ਤਾ ਹੈ, ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਮੇਰਾ ਇੱਕ ਫਰਜ਼ ਬਣਦਾ ਵੀ ਮੈਂ ਉਹਨਾਂ ਨੂੰ ਜੋ ਜੋ ਉਹਨਾਂ ਦੇ ਕੁਐਸਚਨ ਨੇ ਅਤੇ ਉਹਨਾਂ ਨੂੰ ਮੈਂ ਕਲੀਅਰ ਕਰਾਂ। ਕਿਉਂਕਿ ਇਹ ਨਹੀਂ ਹੈਗਾ ਵੀ ਮੈਂ ਇਕੱਲਾ ਹੀ ਹਾਂ ਜਾਂ ਮੈਂ ਇਕੱਲਾ ਸਾਰਾ ਕੁਛ ਕਰ ਲਊਂਗਾ, ਕਿਉਂਕਿ ਜਿਹੜੇ ਬੰਦੇ ਸ਼ੁਰੂ ਤੋਂ ਮੇਰੇ ਨਾਲ ਨੇ ਉਹਨਾਂ ਦਾ, ਉਹਨਾਂ ਨੂੰ ਮੇਰਾ ਇਹ ਕਲੀਅਰ, ਜਿਨ੍ਹਾਂ ਨੇ ਮੈਨੂੰ ਹੁਣ ਤੱਕ ਸਪੋਰਟ ਕੀਤਾ, ਉਹਨਾਂ ਨੂੰ ਕਲੀਅਰ ਕਰਨਾ ਬਣਦਾ ਸੀ ਵੀ ਇਹ ਕਿਉਂ ਕੀਤਾ ਜਾਂ ਕਿਉਂ ਨਹੀਂ ਕੀਤਾ। ਕੱਲ੍ਹ ਦੀਆਂ ਮੈਂ ਤਾਂ ਬੈਟਰਮੈਂਟ ਵਾਸਤੇ ਮੈਂ ਯਾਨੀ ਕਿ ਸੋਚ ਕੇ ਕੀਤਾ ਸੀ ਸਭ ਕੁਛ ਵੀ ਹੈ ਨਾ ਕੁਛ ਚੰਗਾ ਕਰਾਂਗੇ, ਹੈ ਨਾ ਬਾਈ ਕਾਂਗਰਸੀ ਕਿਉਂ, ਸਾਰੇ ਜਵਾਬ ਦਿੰਦਾ ਮੇਰੇ, ਮੈਂ ਸਾਰੇ ਜਵਾਬ ਦਿੰਦਾ, ਇੱਕੋ ਇੱਕ ਗੱਲ ਦਾ ਜਵਾਬ ਦਿਓ, ਜਵਾਬ ਦੇਣ ਵਾਸਤੇ ਹੀ ਆਇਆ ਮੈਂ। ਕਿਉਂਕਿ ਜੋ ਤੁਸੀਂ ਬੈਠੇ ਹੋ ਉਹਨਾਂ ਨੂੰ, ਇਕੱਲੇ ਇਕੱਲੇ ਬੰਦੇ ਨੂੰ ਯਾਨੀ ਕਿ ਮੈਂ ਕੱਲ੍ਹ ਦੀਆਂ ਸੁਣੀ ਰਿਹਾ ਸੀ, ਮੈਂ ਦੇਖ ਰਿਹਾ ਸੀ ਵੀ ਕੀ ਪ੍ਰਤੀਕਿਰਿਆ ਹੋ ਰਹੀ ਹੈ, ਅਤੇ ਮੈਨੂੰ ਇਸ ਚੀਜ਼ ਦਾ ਪਤਾ ਸੀ ਵੀ ਕੀ ਕੁਛ ਹੋਣਾ, ਕੀ ਕੁਛ ਗੱਲਾਂ ਹੋਣਗੀਆਂ, ਕੀ ਕੁਛ ਬੋਲਿਆ ਜਾਊਗਾ, ਹੈ ਨਾ, ਅਤੇ ਕਿਵੇਂ ਕਿਵੇਂ ਸਾਰੀਆਂ ਚੀਜ਼ਾਂ ਹੋਣਗੀਆਂ, ਮੈਨੂੰ ਸਾਰਾ ਕੁਛ ਪਤਾ ਸੀ ਉਸ ਚੀਜ਼ ਬਾਰੇ ਵੀ ਆਹ ਚੀਜ਼ਾਂ ਆਹ ਫੇਸ ਹੋਣਗੇ। ਅਤੇ ਮੈਨੂੰ 4 ਸਾਲ ਹੋ ਗਏ ਮੇਰੇ ਕੋਲ ਨੂੰ, ਅਤੇ ਮੈਂ ਇਹੀ ਕੁਛ ਹੀ ਦੇਖਿਆ ਲਾਈਫ ਦੇ ਵਿੱਚ, ਹੈ ਨਾ। ਸਭ ਤੋਂ ਪਹਿਲਾਂ ਮੈਨੂੰ ਕੱਲ੍ਹ ਦੇ ਯਾਨੀ ਕਿ ਸਭ ਤੋਂ ਵੱਡੇ ਸਰਟੀਫਿਕੇਟ ਜਿਹੜੇ ਮੇਰੇ ਨੇ ਤੋਂ ਗੁਜ਼ਾਰ ਹੈ ਬਾਈ, ਫਲਾਨਾ ਹੈਗਾ, ਕਿਹੜੀ ਗੱਲ ਤੋਂ ਗੁਜ਼ਾਰਾਂ ਬਾਈ, ਕਾਂਗਰਸ ਜੁਆਇਨ ਕਰ ਲਈ ਬਾਈ। ਕਾਂਗਰਸ ਤਾਂ 1984 ਉਹਨਾਂ ਦੀ ਕਾਤਲਾਂ ਦੀ ਜ਼ਿੰਮੇਵਾਰ ਹੈ, ਸਿੱਖ ਕਤਲੇਆਮ ਦੇ ਵਿੱਚ ਉਹ ਉਹਨਾਂ ਦਾ ਹਿੱਸਾ ਰਿਹਾ। ਪਹਿਲੀ ਗੱਲ ਮੈਂ ਪੁੱਛਣਾ ਚਾਹੁੰਦਾ, ਸ਼ਾਇਦ ਜੇ ਕਿਸੇ ਮੇਰੇ ਵੀਰ ਨੇ ਧਿਆਨ ਨਾਲ ਪੜ੍ਹਿਆ ਹੋਵੇ, ਸਾਡਾ ਸਿੱਖਾਂ ਦਾ ਕਤਲੇਆਮ ਕੀਤਾ ਕਿਹਨੇ ਨਹੀਂ, ਕਿਹੜੇ ਕਿਹੜੇ ਬੰਦੇ ਅੱਜ ਜੋ ਪੰਥਕ ਬਣੇ ਬੈਠੇ ਨੇ, ਜੋ ਅੱਜ ਪੰਥਕ ਧਿਰਾਂ ਚਲਾ ਰਹੇ ਨੇ, ਕੀ ਉਹਨਾਂ ਨੇ ਸਾਡਾ ਕਤਲੇਆਮ ਨਹੀਂ ਕੀਤਾ? ਠੀਕ ਹੈ, ਚਲੋ ਇਹ ਜੋ ਚੀਜ਼ ਗਲਤ ਹੈ, ਦੇਖੋ ਆਲਵੇਜ਼ ਮੈਂ ਗਲਤ ਠੋਕ ਕੇ ਕਹੀ ਹੈ ਵੀ ਇਹ ਗਲਤ ਹੈ, ਅਤੇ ਅੱਗੇ ਵੀ ਕਹੂੰਗਾ, ਇੰਨੀ ਕੁ ਮੇਰੇ 'ਚ ਹਿੰਮਤ ਹੈਗੀ ਹੈ। ਠੀਕ ਹੈ, ਇੰਨਾ ਕੁ ਤੁਹਾਨੂੰ ਮੇਰਾ ਵੀ ਪਤਾ ਵੀ ਮੈਂ ਕਿਹੋ ਜਿਹੀ ਬਿਰਤੀ ਦਾ ਆਦਮੀ ਹਾਂ। ਠੀਕ ਹੈ ਨਾ, ਜੋ ਗਲਤ ਸੀ ਉਹ ਗਲਤ ਹੈ, ਅੱਜ ਵੀ ਗਲਤ ਹੈ ਅਤੇ ਕੱਲ੍ਹ ਨੂੰ ਵੀ ਗਲਤ ਰਹੋ। ਠੀਕ ਹੈ, ਜੇ ਕੱਲ੍ਹ ਨੂੰ ਵੀ ਕੁਛ ਮੇਰੇ ਨਾਲ ਦੇ ਕੁਛ ਗਲਤ ਕਰਨਗੇ ਤਾਂ ਮੈਂ ਉਹਨਾਂ ਨੂੰ ਵੀ ਠੋਕ ਕੇ ਕਹੂੰਗਾ ਵੀ ਇਹ ਗਲਤ ਹੈ। ਠੀਕ ਹੈ, ਅਤੇ ਇਸ ਚੀਜ਼ ਦੇ ਵਿੱਚ ਮੇਰਾ ਸਾਥ ਨਹੀਂ ਹੈਗਾ ਕਿ ਜਿਹੜੇ ਅੱਜ ਪੰਥਕ ਬਣੇ ਫਿਰਦੇ ਆ ਕਿ ਉਹਨਾਂ ਨੇ 84 ਦੇ ਕਤਲੇਆਮ ਦੇ ਵਿੱਚ ਉਹਨਾਂ ਦਾ ਹਿੱਸਾ ਨਹੀਂ ਹੈਗਾ। ਅਤੇ ਦੂਜੀ ਗੱਲ, ਤੁਸੀਂ ਇਹ ਕਹਿ ਰਹੇ ਹੋ ਵੀ 1984 ਦਾ ਕਤਲੇਆਮ ਹੋ ਗਿਆ ਜੀ, ਫਲਾਨਾ ਹੋ ਗਿਆ, ਤੂੰ ਭੁੱਲ ਗਿਆ, ਤੂੰ ਗਦਾਰੀ ਕੀਤੀ। ਮੈਂ ਤਾਂ ਪਾਰਟੀ ਕੱਲ੍ਹ ਜੁਆਇਨ ਕੀਤੀ ਹੈ ਵੀਰੇ, 21 ਕੱਲ੍ਹ ਕਿੰਨੀ ਤਰੀਕ ਸੀਗੀ, ਅਤੇ ਮੈਂ ਤਾਂ ਕੱਲ੍ਹ ਪਾਰਟੀ ਜੁਆਇਨ ਕਰੀ ਹੈ ਵੀਰੇ 2021 ਦੇ ਵਿੱਚ ਆ ਕੇ। 1984 ਤੋਂ ਬਾਅਦ 3 ਵਾਰੀ ਸਰਕਾਰ ਬਣ ਗਈ ਕਾਂਗਰਸ ਦੀ, ਅਤੇ 3 ਵਾਰੀ ਸਰਕਾਰ ਬਣਾਉਣ ਵਾਲੇ ਉਹ ਗਦਾਰ ਨੇ ਜਾਂ ਮੈਂ ਗਦਾਰ ਹਾਂ, ਇਹ ਗੱਲ ਦੱਸੋ ਮੈਨੂੰ। ਪ੍ਰੋਪੋਗੰਡਾ ਨਾ ਕਰਿਆ ਕਰੋ ਮੇਰਾ ਵੀਰ, ਠੀਕ ਹੈ, ਜੇ ਚੀਜ਼ਾਂ ਤੁਹਾਡੇ 'ਤੇ ਆਉਣ ਲੱਗੀਆਂ, ਠੀਕ ਹੈ, ਅੱਜ ਕੱਲ੍ਹ ਆਪਾਂ ਇਹ ਸੋਚਦੇ ਹਾਂ ਵੀ ਫਲਾਨੇ ਨਾਲ ਗੱਲ ਕਰੀਏ ਯਾਰ ਉਹਨੂੰ, ਹੈ ਨਾ, ਮੈਨੂੰ ਪਤਾ ਹੈ ਮੇਰੇ ਬਾਰੇ ਤਾਂ ਪੁਆਇੰਟ ਚਾਹੀਦਾ ਹੁੰਦਾ ਸਾਰਿਆਂ ਨੂੰ ਇੱਕ, ਵੀ ਜੇ ਮੈਂ ਕੁਛ ਕਰ ਲਿਆ ਤਾਂ ਵੀ ਇਹਨੇ ਕਿਉਂ ਕਰਿਆ, ਹੈ ਨਾ। ਸੋ ਮੈਂ ਤਾਂ ਛੋਟੇ ਛੋਟੇ ਕੁਐਸਚਨ ਪੁੱਛਣੇ ਨੇ, ਜੇ ਤੁਹਾਨੂੰ ਠੀਕ ਲੱਗੇ, ਹੈ ਨਾ, ਤਾਂ ਮੈਨੂੰ ਉਸ ਚੀਜ਼ਾਂ ਦਾ ਜਵਾਬ ਦਿਓ, ਹੈ ਨਾ। 3 ਵਾਰੀ ਵੋਟਾਂ ਪਾਉਣ ਵਾਲੇ ਕੌਣ ਲੋਕ ਸੀਗੇ, ਉਹ ਕੀ ਉਹ ਗਦਾਰ ਸੀ, ਐਤਕੀ ਵੀ ਸਰਕਾਰ ਸੀ, ਲੋਕਾਂ ਨੇ ਵੋਟਾਂ ਪਾਈਆਂ, ਉਹ ਤਾਂ ਮੈਂ ਕਾਂਗਰਸ ਜੁਆਇਨ ਨਹੀਂ ਸੀ ਕੀਤੀ, ਨਾ ਮੈਂ ਵੋਟਾਂ ਪਾਈਆਂ ਸੀ, ਨਾ ਮੇਰੀ 3.5 ਜਣਿਆਂ ਦੀਆਂ ਵੋਟਾਂ ਨਾਲ ਉਹ ਸਰਕਾਰ ਬਣੀ, ਤਾਂ ਉਹ ਕੌਣ ਲੋਕ ਸੀ ਯਾਰ। ਦੋਹਰਾ ਸਟੈਂਡਰਡ ਨਾਲ ਲੈ ਕੇ ਚੱਲਿਆ ਕਰੋ ਮੇਰਾ ਵੀਰ, ਹੈ ਨਾ। ਮੈਨੂੰ ਪਤਾ ਜਿੰਨਾ ਜਿਸ ਦਾ ਨਾਮ ਹੁੰਦਾ ਉਸਨੂੰ ਉਸ ਚੀਜ਼ ਦੀ ਵੈਲਿਊ ਦੇਣੀ ਪੈਂਦੀ ਹੈ, ਠੀਕ ਹੈ ਨਾ। ਮੈਂ ਸਮਝ ਰਿਹਾ ਸਾਰੀਆਂ ਚੀਜ਼ਾਂ ਨੂੰ ਵੀ ਕੀ ਕੁਛ ਚੱਲ ਰਿਹਾ ਹੈ, ਮੈਂ ਕੋਈ ਬੱਚਾ ਨਹੀਂ ਹੈਗਾ ਜਾਣ ਵੀ ਮੈਨੂੰ ਪਤਾ ਨਹੀਂ ਕੁਛ, ਮੈਂ ਸਾਰਾ ਕੁਛ ਸੋਚ ਸਮਝ ਕੇ ਹੀ ਇਹ ਫੈਸਲਾ ਲਿਆ, ਅਤੇ ਉਹ ਮੈਂ ਫੈਸਲਾ ਕਿਉਂ ਲਿਆ ਮੈਂ ਤੁਹਾਨੂੰ ਉਹਦਾ ਵੀ ਰੀਜ਼ਨ ਦੱਸੂੰਗਾ। ਹੁਣ ਮੈਨੂੰ ਸਾਰੇ ਕਹਿੰਦੇ ਵੀ ਤੂੰ ਕਾਂਗਰਸ ਜੁਆਇਨ ਕੀਤੀ, ਦੂਜੀਆਂ ਪਾਰਟੀਆਂ ਕਿਉਂ ਨਹੀਂ ਜੁਆਇਨ ਕੀਤੀਆਂ, ਉਹਦਾ ਵੀ ਜਵਾਬ ਦਿੰਦਾ। ਕਾਂਗਰਸ ਜੁਆਇਨ ਕਰੀ ਜੇ ਮੈਂ ਨਾ ਕਰਦਾ, ਇੱਕ ਪਾਰਟੀ ਹੈਗੀ ਹੈ ਜੇ ਮੈਂ ਨਾਲ ਜੁਆਇਨ ਕਰ ਲੈਂਦਾ ਤਾਂ ਤੁਸੀਂ ਉਹਨੂੰ ਕਹਿਣਾ ਸੀ ਉਹ ਤੁਸੀਂ ਬੇਅਦਬੀ ਵਾਲਿਆਂ ਨਾਲ ਰਲੇ ਫਿਰਦੇ ਹੋ, ਬੇਅਦਬੀ
बेअदबी तो बेअदबी करी है इन्होंने गुरु ग्रंथ साहब के पन्ने पाड़े है। एक पार्टी ने होर अप्रोच करे से उन्हों वो इन जो कह रलता फिर तुम कहना किसानों के विरोधी है यार इन्ने किसान मरे यार तू इन्हें रल गया फिर भी कदार। एक पार्टी होर से उन्होंने आर एस एस की बी टीम कहने वो इन रल गया फिर भी कहना वो यार फलाना आजाद खड़ गया तो फिर तुम कहना सी यार तू आजाद लोगों वोटा लेके की करेगा तेरे कोई सिस्टम नहीं उत्ते तेरी गल नहीं बननी क्यों एवं लोगों वोटा खराब कीतियाँ ठीक है ना। सो ये सारिया चीज़ा ने मेरा भरा तुम मैं दस देंगे तो मैं हूँ भी दस दो भी कि सही है ठीक है ना मेरा भरा। कोई भी बंदा जो कोई स्टैप लै रहा है वो कोई बेवकूफ होकर नहीं लगा मेरा भीर ठीक है। कंडीशन देखिए मैं 3 साल हो गए इतने रह रहा ठीक है मैंने पहला कोई इंट्रस्ट नहीं भी की चली जाना हूँ तक इंट्रस्ट नहीं ठीक है 3 साल हो गए इतने रहना इतने हरेक तीजा बंदा जो तुम किसी सिस्टम से तरक्की करके जाते हो ना तुम अपने पिंड तरक्की कर दें तुम कुछ बनते हो इतने हरेक एक पुलिस अफसर भी यह चाहते भी यार इन्हों साल जेब च पा ये मेरे तो स्टेज पर ही पुछ के चढ़िया करे ठीक है। 3 साल मेरे तो 6 परचे हुए 6 परचों की गुना का सगा किसी का कुछ भी नहीं घर बैठे के परचे। सो एक लोग जिन्ना प्रेसर मैं देखे मैं ऐ लगता उदू जे मेरे ना यह कुछ हो सकता तो दूजे लोगों कि कुछ होंगे होना है ना। सो ये चीज़ा ने तो तीजी गल तुम ये कह रहे हो भी ये तो ऐ करके गलत है फलाना धमका फिर यार मनमोहन सिंह भी तो ऐसे पार्टी ने दिता से वो चीज़ तो तुम करे फिर मैं कि पक्ष नहीं लै रहा मैं मुकदी गल ये है भी यार तुम किसी दला किसी गद्दार किसी ठाठा ठाठा कहना बहुत सौखा होंगे। अजक पता की ट्रेंड चलिया होया भी सोशल मीडिया से सारा प्रचार भी इदा समाज इदा होना चाहिए समाज सरकार तो घटिया ने जी फलाने घटिया ने फुद्दू ने जी फलाने धमके ने तो फिर इन्हों सही कौन करेगा भाई कि सोशल मीडिया से गाल कढ के सोशल मीडिया से ऐ कह के भी यदा घटिए इतने गल मुक जू कि इतों सुधार हो गया सारा कुछ जे कुछ बदलना मित्रा तो दलदल च पैना पैंदा ठीक है ना। तो मैं कोई ये नहीं किया भी जो मेरा सिंगिंग करियर मुक गया दूजे कलाकार वागू मैं जाके पार्टी रल गया भी चल हूँ इधरों सही करा जमा पीक से बैठा इस वक्त अज भी शो है नोएडा के मेरा सोल्ड आउट है ठीक है ना। तो मैं ये पंगा क्यों लिया क्योंकि मेरे मन के कुछ ना कुछ सीगा ठीक है मैं मेरे दिमाग के जिहड़ियां चीज़ा मैं सोचिया हुई सी मैं वो करनिया ने ठीक है ना। मैं भी कह सकता सी गाने मैं भी कहता लीडर ने इतने हकदार गोली दे लीडर हकदार गोली दे कह के गल निबड़ गई इनू सही कौन करूगा। मैं थोनू भी कहना तुम भी आओ चंगे बंद की लौड़ है जो तुम इतने आप इतने गाल कढ के सोशल मीडिया से गाल कढ के फलाना दला जी फलाना गदार है जी बिक गया जी आह सीएम तो घटी है जी आह सरकार तो बहुत घटी है जी ए कह के जी सुधार होगा कदों की कही जाने होया नहीं होया ना। सो यार जे थोनू इन्ना कुछ करके नहीं कुछ हो रहा तो वह किवें होगा ठीक है। जो तालाब साफ करना तो तालाब के उतरना पैना जे कोई उतरदा तो उन्होंने तुम सर्टिफिकेट बनने लग जाने मैनू कोई परवाह नहीं बई कोई इशू नहीं मैं जिंदगी नैगेटिविटी ही देखी है तो मैं इस ही बनया हुआ ठीक है ना। मैनू पता भी मेरा मैं आपके दिलों कोई माड़ी चीज़ सोच के नहीं गया ठीक है माड़ा कोई माड़े कोई आंसर नहीं सी दिमाग दे विच मेरे कोई माड़ी इंटेंशन नहीं सी ते मैनू उस चीज़ की कोई परवाह नहीं जान जिन्ना चर मैनू पता मेरे परमात्मा पता मैं ठीक हाँ यार जो मैं किया किहड़ी वजह मैं क्यों किया ठीक है वह मैनू पता है। कोई तीजा बंदा कह रहा मैनू सिर्फ अपने परिवार नाल फर्क पैंदा जिहड़े मैनू सुनदे ने जिहड़े मेरे नाल रहिंदे ने जिन्हां ने मैनू प्यार करके इस तक पहुँचाया तो उन्होंने मेरा क्लीयर करना बनता भी मेरे वीर आह चीज़ है आह चीज़ बाकी इतने सर्टिफिकेट मैं पहले ही कहता सीगा भी 295 गाने भी मैं थोड़ा ठोक के कहा कि कौन कुत्ता कौन दला कंजरे कहने इतने सर्टिफिकेट देने फेसबुकों पर सर्टिफिकेट तो मैंने मिलने ने ना मैं सर्टिफिकेटा की परवाह है ठीक है क्योंकि मैं हिम्मत रखदा जो मैं कहा उस चीज़ से स्टैंड करने की तो जिते कोई चीज़ गलत हो वो गलत है ठीक है। तो गलत का खिलाफत करने लिए असं इतने है ठीक है तो ऑलवेज जी चीज़ गलत उन्होंने ठोक के गलत भी कहेंगे ठीक है। ये नहीं है भी जो कोई चुप कर जाएंगे या कुछ होर ना अज तक चुप करे हाँ जे मैं चुप करना हों मैं हूँ भी इतने लाइव ना हों मैं बह जाता भी यार कोई नहीं मैं तैयार कर ली जो क्ढी जाने लोगों को गाँव ठीक है गाल क्ढना मैं फर्क नहीं पैंता पर कुछ लोग ने जोड़े मैं प्यार करते हैं उन्होंने मैं फर्क पैंता। तीजी गल यह क्यों गया मैं क्यों पॉलिटिक्स के क्यों आया
तीन साल हो गए, चार साल हो गए, पहला गाना मेरा यही आया सी जिते बंदा मार के कसूर पुजदे जट उस पिंड नूं बिलोंग करदा, शुरू तो पिंड मानसा एरिया गाणियां च कह के यार कोई इंप्रूवमेंट नहीं होंदे। ਠੀਕ ਹੈ, ਨਾਮ ਬਹੁਤ ਬਣ ਗਿਆ ਬਾਬੇ ਦੀ ਕਿਰਪਾ ਨਾਲ, ਦੁਨੀਆ ਜਾਣਦੀ ਹੈ। ਪਹਿਲਾਂ ਕਾਲਜ 'ਚ ਜਾਂਦੇ ਹੁੰਦੇ ਸੀ ਕਿਸੇ ਨੂੰ ਪਤਾ ਤੱਕ ਨਹੀਂ ਸੀ ਹੁੰਦਾ ਵੀ ਮਾਨਸਾ ਕਿੱਥੇ ਹੈ, ਕੁਛ ਨਹੀਂ। ਪਰ ਯਾਰ ਜੇ ਤੁਹਾਡਾ ਨਾਮ ਹੈ ਸਾਰਾ ਕੁਛ, ਤੁਹਾਡੇ ਨਾਮ ਦਾ ਨਾਮ ਤਾਂ ਸਾਰੀ 100 ਕਲਾਕਾਰ ਹੋਰ ਹੈ ਜਿਨ੍ਹਾਂ ਦੇ ਅੱਜ ਸ਼ੋਅ ਲੱਗਦੇ ਨੇ, ਗਾਣੇ ਚੱਲਦੇ ਨੇ। ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ, ਠੀਕ ਹੈ ਜੋ ਹੋਊਗਾ ਠੀਕ ਹੈ ਮੈਂ ਕਰ ਲੂੰਗਾ ਬਸ, ਠੀਕ ਹੈ ਨਾ, ਮੈਂ ਆਪਦੇ ਚਾਰ ਪੈਸੇ ਇਕੱਠੇ ਕਰਦਾ, ਮੈਂ ਆਪਦੇ ਪਰਿਵਾਰ ਬਾਰੇ ਸੋਚਾਂ, ਮੈਂ ਬਾਕੀ ਸਾਰਾ ਕੁਛ ਜਾਵੇ ਖੂਹ ਖਾਤੇ 'ਚ, ਮੈਂ ਕੀ ਲੈਣਾ। ਠੀਕ ਹੈ, ਮੈਂ ਵੀ ਉਹਨਾਂ ਵਾਂਗੂ ਰਹਿ ਸਕਦਾ ਸੀ, ਮੈਂ ਪਿੰਡ 'ਚ, ਮੈਂ ਪਿੰਡ 'ਚ ਕੀ ਰਹਿਣਾ ਯਾਰ, ਮੈਂ ਤਾਂ ਭੈਣ 'ਚ ਉੱਥੇ ਜਾਣਾ। ਠੀਕ ਹੈ, ਮੈਂ ਖੇਤੀ ਕਿਉਂ ਕਰਾਂ, ਮੈਂ ਆਪਦੇ ਲੋਕਾਂ 'ਚ ਕਿਉਂ ਰਹਾਂ। ਇਸ ਤਰ੍ਹਾਂ ਕਿਸੇ ਕਿਸੇ ਬੰਦੇ 'ਚ ਕੁਆਲਿਟੀਆਂ ਹੁੰਦੀਆਂ ਨੇ ਅਤੇ ਉਹ ਇਸ ਚੀਜ਼ ਨੂੰ ਨਿਭਾਉਣਾ ਜਾਣਦਾ। ਠੀਕ ਹੈ, ਜੇ ਮੈਂ ਉੱਥੇ ਰਹਿ ਰਿਹਾ ਤਾਂ ਮੈਂ ਉੱਥੋਂ ਦੇ ਲੋਕਾਂ ਨਾਲ ਖੜਨਾ ਵੀ ਜਾਣਦਾ। ਠੀਕ ਹੈ ਨਾ, ਸਾਡੇ ਇਲਾਕੇ ਦੇ ਹਾਲਾਤ ਕੈਂਸਰ ਬੈਲਟ ਕਹਿੰਦੇ ਸਾਨੂੰ। ਠੀਕ ਹੈ, 2012 ਦੇ ਵਿੱਚ ਪਲੱਸ ਟੂ ਕਰਕੇ ਜਦੋਂ ਪੜ੍ਹਨ ਗਿਆ, ਸਾਡਾ ਕੋਈ ਕਾਲਜ ਨਹੀਂ, ਲੁਧਿਆਣੇ ਪੜ੍ਹਨਾ ਪਿਆ। ਠੀਕ ਹੈ, ਫਿਰ ਬਾਹਰ ਜਾਣਾ ਪਿਆ ਜੇ ਸਾਰੇ ਉੱਥੇ ਓਪਰਚੁਨਿਟੀ ਆਉਣ, ਇਕੱਲੇ ਗਾਣੇ 'ਚ ਨਾਮ ਲੈਣ ਨਾਲ ਹਲਕਾ ਨਹੀਂ ਉੱਚਾ ਹੁੰਦਾ ਹੁੰਦਾ। ਬਾਕੀ ਮੇਰੇ 'ਤੇ ਤਾਂ ਇਲਜ਼ਾਮ ਸਾਰੇ ਕਿਤੇ ਕਹੀ ਜਾਂਦੇ ਰਹਿੰਦੇ ਨੇ ਵੀ ਤੂੰ ਐਂ ਕਰਤਾ, ਤੂੰ ਐਂ ਕਰਤਾ। ਮੈਂ ਤੈਨੂੰ ਗਾਲਾਂ ਕੱਢਣੀ ਕੋਈ ਇਸ਼ੂ ਨਹੀਂ ਹੈਗਾ, ਮੈਨੂੰ ਮਾੜਾ ਚੰਗਾ ਕਹਿਣਾ ਨਾ, ਮੈਨੂੰ ਉਸ ਚੀਜ਼ ਨਾਲ, ਮੇਰੀ ਕਿਸਮਤ ਹੈ ਇਹ। ਠੀਕ ਹੈ, ਮੇਰੀ ਕਿਸਮਤ ਦੇ ਵਿੱਚ ਵਡਿਆਈ ਵੀ ਲਿਖੀ ਹੈ, ਮੇਰੀ ਕਿਸਮਤ ਦੇ ਵਿੱਚ ਸਾਰਾ ਕੁਛ ਲਿਖਿਆ ਹੋਇਆ ਹੈ ਨਾ। ਸੋ ਇਹ ਚੀਜ਼ਾਂ ਮੇਰੇ ਨਾਲ ਵੀ ਹੋ ਸਕਦੀਆਂ ਸੀ, ਹੈ ਨਾ, ਮੇਰੇ ਨਾਲ ਹੋ ਵੀ ਰਹੀਆਂ ਨੇ, ਅਤੇ ਵੀ ਇਹਨਾਂ ਚੀਜ਼ਾਂ ਦਾ ਮੈਨੂੰ ਕੋਈ ਫਰਕ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਵੀ ਮੈਂ ਸਾਫ ਦਿਲ ਨਾਲ, ਤਰੀਕੇ ਨਾਲ, ਹੈ ਨਾ, ਆਪਣੇ ਉਸ ਹਿਸਾਬ ਕਿਤਾਬ ਨਾਲ ਚੱਲ ਰਿਹਾ ਜਿਹੜਾ ਮੈਨੂੰ ਪਤਾ ਹੈ ਵੀ ਮੈਂ ਕਰਨਾ ਕੀ ਹੈ ਕੀ ਨਹੀਂ ਕਰਨਾ। ਅਤੇ ਨਾਲੇ ਯਾਰ ਮੈਨੂੰ ਇੱਕ ਗੱਲ ਦੱਸੋ ਵੀ ਸੋਸ਼ਲ ਮੀਡੀਆ 'ਤੇ ਬੋਲ ਕੇ ਸਾਰਾ ਕੁਛ ਕਰਕੇ ਕੀ ਸੁਧਾਰ ਹੋ ਜੂ ਕਿਸੇ ਚੀਜ਼ ਦਾ? ਨਹੀਂ ਹੁੰਦਾ ਬਾਈ। ਠੀਕ ਹੈ ਨਾ, ਅਤੇ ਨਾਲੇ ਜਿਹੜੀਆਂ ਤੁਸੀਂ ਪਾਰਟੀਆਂ ਨੇ, ਤੁਸੀਂ ਇਹ ਕਿਉਂ ਜੁਆਇਨ ਕੀਤੀ, ਉਹ ਕਿਉਂ ਜੁਆਇਨ ਕੀਤੀ, ਅਤੇ ਤੁਸੀਂ ਦੁਆਦਾ ਦੂਜੀਆਂ ਕਿਹੜੀਆਂ ਨੇ ਉਹਨਾਂ 'ਚੋਂ ਜੁਆਇਨ ਕਰ ਲੈਂਦੇ, ਦੱਸ ਦਿਓ। ਫਿਰ ਜੇ ਉਹਨਾਂ ਨੂੰ ਜੁਆਇਨ ਕਰ ਲੈਣਾ, ਫਿਰ ਤੁਸੀਂ ਉਹਨਾਂ ਨੂੰ ਕਹਿਣਾ ਯਾਰ ਇਹ ਤਾਂ ਮਾੜੀ ਹੈ, ਇਹ ਤਾਂ ਇਹ ਫਲਾਣਾ ਧਮਕਾ, ਹੈ ਨਾ। ਅਤੇ ਜਦੋਂ ਤੁਸੀਂ ਇੱਥੇ ਰਹਿੰਦੇ ਉਹਨਾਂ, ਉਦੋਂ ਤੱਕ ਤੁਹਾਨੂੰ ਇਹ ਲੱਗਦਾ ਹੁੰਦਾ ਵੀ ਯਾਰ ਇਹ ਤਾਂ ਦੂਰ ਆ। ਹੁਣ ਕਈ ਮੇਰੇ ਭਰਾ ਨੇ ਬਾਹਰੋਂ ਕਹੀ ਜਾਂਦੇ ਨੇ ਵੀ ਯਾਰ ਭਾਵੇਂ ਫੁੱਦੂ ਸਰਕਾਰਾਂ ਨੇ, ਇਹ ਫਲਾਨਾ ਨੇ, ਇਹ ਧਮਕਾ ਨੇ, ਇਹ ਯੇ ਨੇ। ਭਾਈ ਯਾਰ ਫਿਰ ਸੋਸ਼ਲ ਮੀਡੀਆ 'ਤੇ ਬੋਲ ਕੇ ਕੀ ਹੋਜੂ? ਜੇ ਸਰਕਾਰਾਂ ਸਿਸਟਮ ਬਦਲਣਾ, ਪਹਿਲਾਂ ਵੀ ਦਾ ਪਾਰਟ ਆਫ ਦਾ ਸਿਸਟਮ, ਸਿਸਟਮ 'ਚ ਆਓ, ਹਿੰਮਤ ਰੱਖੋ ਬਦਲਣ ਦੀ, ਲੀਗਲੀ ਜਾਣ, ਲੀਗਲੀ ਜਾ ਕੇ ਉਸ ਚੀਜ਼ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ, ਕਿ ਇੰਟਰਨੈੱਟ 'ਤੇ ਬੋਲ ਕੇ ਵੀ ਐਂ ਫਲਾਨਾ ਜੀ ਇਹ ਤਾਂ ਧਮਕਿਆ ਜੀ, ਜੇ ਉੱਧਰ ਜਾ ਵੜਿਆ ਤਾਂ ਫਲਾਨਾ ਉੱਧਰ, ਆਪ ਤੁਸੀਂ ਜੋ ਮਰਜ਼ੀ ਕਰੋ, ਹੈ ਨਾ, ਸਮਾਰਟਫੋਨ ਨਾਲ ਪਿੱਛੇ ਵੋਟਾਂ ਪਾਓ, ਹੈ ਨਾ, ਹੋਰ ਚੀਜ਼ਾਂ ਪਿੱਛੇ ਵੋਟਾਂ ਪਾਓ, ਦਾਰੂ ਪਿੱਛੇ ਵੋਟਾਂ ਪਾਓ, ਜਦੋਂ ਦੂਜੇ ਨੇ ਪਾ ਲਿਆ ਤਾਂ ਹਾਂ ਬਈ ਉਹ ਸਾਂ ਵੀ ਪੁੱਛ ਕੇ ਲਵੇ, ਐਂ ਨਹੀਂ ਹੁੰਦਾ ਮੇਰਾ ਵੀਰ। ਠੀਕ ਹੈ, ਜਦੋਂ ਕੋਈ ਬੰਦਾ ਰੇਸ 'ਚ ਚੱਲਦਾ ਨਾ ਵੱਡੀ 'ਚ, ਤਾਂ ਲੋਕ ਉਹ ਤੋਂ ਐਕਸਪੈਕਟ ਕਰਦੇ ਨੇ ਵੀ ਹਾਂ ਯਾਰ ਜੇ ਬੰਦਾ, ਇਹਦਾ ਨਾਮ ਹੈ ਤਾਂ ਇਹ ਤੋਂ ਯਾਰ ਕੋਈ ਫਾਇਦਾ ਲਿਆ ਜਾਵੇ, ਕੁਛ ਨਾ ਕੁਛ ਚੰਗਾ ਕੀਤਾ ਜਾਵੇ, ਹੈ ਨਾ, ਵੀ ਇਹਦਾ ਨਾਮ ਲੈ ਕੇ ਕੋਰੇ ਨੂੰ ਜਾਣਦੇ ਹੋਣਗੇ ਲੋਕ ਯਾਰ ਵੀ ਆਪਾਂ ਇਹ ਤੋਂ ਕੰਮ ਕਰਾ ਲਈਏ। ਠੀਕ ਹੈ, ਅਤੇ ਬਹੁਤ ਇਹ ਮੇਰੀ ਕੋਈ ਇਕੱਲੇ ਨਹੀਂ, ਕੋਈ ਫੇਮ ਦਾ ਮੇਰੇ ਕੋਲ ਕੋਈ ਪੈਸੇ ਦੀ ਕਮੀ ਨਹੀਂ, ਕੋਈ ਅੱਜ ਫੇਮ ਦੀ ਕਮੀ ਨਹੀਂ, ਅੱਜ ਮੈਂ ਉਹਦਾ ਟੋਪ ਆਫ ਮਾਈ ਕਰੀਅਰ। ਠੀਕ ਹੈ ਨਾ, ਮੋਸਟ ਸਟ੍ਰੀਮਡ ਆਰਟਿਸਟ, ਕੱਲ੍ਹ ਵੀ ਦੇਖਿਆ ਤੁਸੀਂ, ਤੁਹਾਡੇ ਪਿਆਰ ਨਾਲ ਇੰਨਾ ਕੁ ਸਾਰਾ ਕੁਛ ਮਿਲਿਆ ਹੋਇਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਠੀਕ ਹੈ, ਜੇ ਫਿਰ ਵੀ ਕੁਛ ਕਰ ਰਹੇ ਹਾਂ ਤਾਂ ਉਹਦੇ ਪਿੱਛੇ ਕੋਈ ਰੀਜ਼ਨ ਹੈ। ਠੀਕ ਹੈ, ਮੈਨੂੰ ਕੋਈ MLA ਕੌਣ ਨਾਲ, MLA ਨਾਲ ਦੂਣਾ ਤੀਣਾ ਤੋਂ ਸਵਾ, MLA ਸਿਰਫ ਇੱਕ ਹਲਕੇ ਦਾ ਹੁੰਦਾ। ਠੀਕ ਹੈ, ਅਤੇ ਮੈਂ ਸਾਰੀ ਦੁਨੀਆ ਇੰਨਾ ਪਿਆਰ ਕਰਦੇ ਜਿੱਥੇ ਜਾਂਦੇ ਹਾਂ, ਹੈ ਨਾ, ਲੋਕ ਪੈਰਾਂ ਥੱਲੇ ਹੱਥ ਦਿੰਦੇ ਨੇ, ਹੈ ਨਾ, ਇੰਨਾ ਮਾਣ ਸਤਿਕਾਰ ਦਿੰਦੇ ਨੇ। ਸੋ ਇਹੋ ਜਿਹੀਆਂ ਚੀਜ਼ਾਂ ਮੇਰਾ ਵੀਰ, ਨੈਗੇਟਿਵਿਟੀ ਕਰਨੀ ਹੈ ਜੀ ਸਦਕੇ ਕਰੋ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਜੇ ਤੁਸੀਂ ਇਹੀ ਚੀਜ਼ ਦਾ ਮਾਹੌਲ ਬਣਾਈ ਰੱਖਿਆ ਨਾ ਵੀ ਫਲਾਨਾ ਗਿਆ ਯਾਰ ਫਲਾਨੇ ਨੂੰ ਫੜ ਲਓ, ਫਲਾਨਾ ਗਿਆ ਫਲਾਨੇ ਨੂੰ ਫੜ ਲਓ, ਕਿਸੇ ਬੰਦੇ ਨੇ ਹਿੰਮਤ ਨਹੀਂ ਕਰਨੀ ਇਸ ਚੀਜ਼ ਦੇ ਵਿੱਚ ਆਉਣ ਦੀ। ਠੀਕ ਹੈ, ਜੇ ਮੈਂ ਅੱਜ ਜੁਆਇਨ ਕਰਿਆ ਤਾਂ ਮੈਂ ਸਾਰਿਆਂ ਨੂੰ ਕਹਿਣਾ ਵੀ ਆਓ ਯਾਰ, ਕੋਈ ਵੀ ਪਾਰਟੀ ਜੁਆਇਨ ਕਰੋ, ਆਓ ਚੰਗੇ ਬੰਦੇ ਆਓ ਤਾਂ ਸਹੀ, ਇਕੱਲੇ ਮਾੜਿਆਂ ਨੂੰ ਨਿੰਦ ਕੇ ਚੰਗਾ ਥੋੜ੍ਹੀ ਬਣਿਆ ਜਾਂਦਾ, ਮਾੜਿਆਂ ਨਾਲ ਖਹਿ ਕੇ ਉਹਨਾਂ ਨੂੰ ਸਿਸਟਮ 'ਚੋਂ ਰਿਮੂਵ ਕਰਕੇ ਫਿਰ ਚੰਗਾ ਬਣਾਇਆ ਜਾਂਦਾ। ਠੀਕ ਹੈ ਨਾ, ਆਪਾਂ ਇੱਥੇ ਜਾ ਕੇ ਈਜ਼ੀਲੀ ਕਹਿ ਜਾਂਦੇ ਹਾਂ, ਬਾਹਰ ਬੈਠੇ ਲੋਕ ਕਹੀ ਜਾਂਦੇ ਨੇ ਵੀ ਯਾਰ ਇਹ ਤਾਂ ਜੀ ਫਲਾਨੇ ਨੇ ਤਾਂ ਧਮਕੇ ਨੇ ਤਾਂ ਗਦਾਰ ਨਿਕਲ ਗਏ, ਗਦਾਰ ਸ਼ਬਦ ਦੀ ਵੀਰੇ ਪਰਿਭਾਸ਼ਾ ਸਮਝ ਕੇ ਆਓ ਮੇਰਾ ਵੀਰ। ਅਤੇ ਜੇ ਆਪਾਂ ਗਦਾਰਾਂ ਦੀ ਲਿਸਟ ਫੁੱਲਣ ਲੱਗ ਜਾਈਏ ਤਾਂ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਤੋਂ ਸਹਿ ਨਹੀਂ ਹੋਣਾ, ਦੇਖ ਨਹੀਂ ਹੋਣਾ ਵੀ ਕੌਣ ਕੌਣ ਗਦਾਰ ਹੈ ਇੱਥੇ। ਠੀਕ ਹੈ ਨਾ, ਜਿਹੜੇ ਲੋਕ ਪੰਥ ਘਕਾਉਂਦੇ ਸੀ ਉਹ ਲੋਕ ਉੱਥੇ ਅੱਤਵਾਦੀ ਕਹਿ ਕੇ ਨਿਕਲੇ ਨੇ। ਠੀਕ ਹੈ ਨਾ, ਕਿੰਨੇ ਸਾਲ ਹੋ ਗਏ ਜਿਹੜੇ ਬੰਦੇ ਨੇ ਇਸ ਚੀਜ਼ 'ਤੇ ਰਾਜਨੀਤੀ ਕੀਤੀ ਹੈ, ਰੋਟੀਆਂ ਖਾਧੀਆਂ ਨੇ, ਸਭ ਤੋਂ ਵੱਡੇ ਗਦਾਰ ਉਹ ਨੇ। ਠੀਕ ਹੈ ਨਾ, ਮੈਂ ਕਿਸੇ ਦੀ ਉਹ ਨਹੀਂ
ਕਿਸੇ ਨੂੰ ਮੈਂ ਖਿਲਾਫ ਨਹੀਂ ਕਹਿ ਰਿਹਾ, ਕਿਸੇ ਦੇ ਮੈਂ ਹੱਕ 'ਚ ਨਹੀਂ ਜਾ ਰਿਹਾ, ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿਣਾ ਵੀ ਪਹਿਲਾਂ ਜਾ ਕੇ ਕਲੀਅਰ ਯੋਰ ਫੈਕਟਸ, ਹਿਸਟਰੀ ਪੜ੍ਹੋ ਜਾ ਕੇ, ਠੀਕ ਹੈ ਨਾ। ਅਤੇ ਦੂਜੀ ਗੱਲ, ਅਸੀਂ ਇਸ ਸਿਸਟਮ ਦੇ ਵਿੱਚ ਕਿਉਂ ਆਏ ਹਾਂ ਕਿ ਇਹ ਦੁਬਾਰੇ ਕਦੇ ਇਹ ਚੀਜ਼ਾਂ ਨਾ ਹੋਣ, ਠੀਕ ਹੈ। ਜੇ ਕੁਛ ਚੰਗੇ ਬੰਦੇ ਹੋਣ ਉਸ ਚੀਜ਼ਾਂ ਨੂੰ ਰੋਕ ਸਕਣ, ਠੀਕ ਹੈ, ਅਤੇ ਉਹ ਚੰਗਿਆਂ ਦੇ ਵਿੱਚੋਂ ਤੁਸੀਂ ਵੀ ਆ ਸਕਦੇ ਹੋ। ਆਓ ਤੁਸੀਂ, ਸਿਸਟਮ ਕਲੀਅਰ ਕਰੀਏ, ਸਾਫ਼ ਕਰੀਏ, ਖੜ੍ਹੋ ਵੋਟਾਂ ਦੇ ਵਿੱਚ, ਇਲੈਕਟ ਹੋਵੋ, ਵਿਧਾਨ ਸਭਾ 'ਚ ਜਾਓ, ਵਿਧਾਨ ਸਭਾ 'ਚ ਜਾ ਕੇ ਗੱਲ ਕਰੋ ਵੀ ਭਾਈ ਆਹ ਸਾਡਾ ਮੁੱਦਾ, ਸਾਡਾ ਹੱਲ ਹੈ, ਕਰੋ ਹੱਲ, ਠੀਕ ਹੈ ਨਾ। ਬੋਤਲ ਲੈ ਕੇ ਵੋਟ ਪਾਉਣ ਨਾਲ ਸਮਾਜ ਨਹੀਂ ਸੁਧਰਦਾ ਵੀਰੇ, ਨਾ ਹੀ ਸੋਸ਼ਲ ਮੀਡੀਆ 'ਤੇ ਗਾਲਾਂ ਕੱਢਣ ਨਾਲ ਸੁਧਰਦਾ, ਅਤੇ ਨਾ ਹੀ ਉਹਨਾਂ ਬੰਦਿਆਂ ਨੂੰ ਤੁੰਨ ਕੇ ਸੁਧਰਦਾ ਜਿਹੜੇ ਇਸ ਚੀਜ਼ ਦਾ ਉੱਦਾ ਕਰਦੇ ਨੇ, ਠੀਕ ਹੈ। ਕਲਾਕਾਰ ਯਾਰ ਹੋਰ 20-30 ਨੇ ਜਿਨ੍ਹਾਂ ਦੇ 100-100 ਮਿਲੀਅਨ ਗਾਣੇ ਜਾਂਦੇ, ਉਹ ਕਿਉਂ ਨਹੀਂ ਆਉਂਦੇ? ਅਗਲਾ ਕਹਿੰਦਾ ਯਾਰ ਮੈਂ ਕੀ ਲੈਣਾ। ਜੇ ਕੋਈ ਬੰਦਾ ਆਉਂਦਾ ਤਾਂ ਉਹਨੂੰ ਇਸ ਤਰੀਕੇ ਨਾਲ ਨਾ ਦੇਖਿਆ ਕਰੋ ਵੀ ਇਹਨੂੰ ਕੋਈ ਫੇਮ ਦੀ ਲੋੜ ਆ ਜਾਂ ਕੁਛ ਹੋਰ ਲੋੜ ਆ, ਫਲਾਣੇ ਥੱਲੇ ਲੱਗ ਗਿਆ, ਧਮਕੇ ਥੱਲੇ ਲੱਗ ਗਿਆ। ਥੱਲੇ ਮੈਂ ਤਾਂ ਪਰਮਾਤਮਾ 'ਚ ਲੱਗਿਆ ਹੋਇਆ ਮੇਰਾ ਵੀਰ, ਠੀਕ ਹੈ। ਉਸ ਦੇ ਮੇਰੇ 'ਤੇ ਉਸ ਨੇ ਮੈਨੂੰ ਇਹ ਵਿਧੀ ਬਣਾਈ ਹੈ ਵੀ ਮੈਂ ਜਾ ਰਿਹਾ, ਠੀਕ ਹੈ, ਮੈਂ ਆਪਦੇ ਲੋਕਾਂ ਵਾਸਤੇ ਕੁਛ ਨਾ ਕੁਛ ਕਰਨਾ। ਇਕੱਲਾ ਗਾਣਿਆਂ ਦੇ ਵਿੱਚ ਕਹਿ ਕੇ ਵੀ ਸਾਡਾ ਪਿੰਡ ਹੈ, ਸਾਡਾ ਮਾਨਸਾ, ਉਹ ਗੱਲ ਨਹੀਂ ਬਣਦੀ ਮੇਰਾ ਭਰਾ, ਠੀਕ ਹੈ ਨਾ। ਇੱਥੇ ਹਰੇਕ ਬੰਦਾ ਕੋਸ਼ਿਸ਼ ਕਰਦਾ, ਮੇਰੀ ਮੈਨੂੰ ਪਰਮਾਤਮਾ ਨੇ, ਹਰੇਕ ਕੋਲ ਫੇਮ ਆਉਂਦੀ, ਹਰੇਕ ਨੇ ਫੇਮ ਆਪਦੇ ਟੱਬਰ ਵਾਸਤੇ ਵਰਤੀ, ਆਪਦੇ ਪਰਿਵਾਰ ਵਾਸਤੇ ਵਰਤੀ। ਜੇ ਮੈਂ ਆਪਣੀ ਕਮਾਈ 'ਚੋਂ ਕੁਛ ਹਿੱਸਾ ਉੱਧਰ ਵਰਤਣਾ ਚਾਹੁੰਦਾ ਤਾਂ ਮੈਨੂੰ ਵਰਤ ਲੈਣ ਦਿਓ। ਬਾਕੀ ਜੇ ਕੋਈ ਕੁਸ਼ਚਨ ਤੁਹਾਡੇ ਦਿਮਾਗ ਦੇ ਵਿੱਚ ਹੋਇਆ, ਐਨੀ ਟਾਈਮ, ਐਨੀ ਵੇਅਰ, ਜਿੱਥੇ ਮਰਜ਼ੀ ਖੜ੍ਹਾ ਕੇ ਪੁੱਛ ਲਓ। ਹਾਂ, ਕੱਲ੍ਹ ਨੂੰ ਸਰਕਾਰ ਬਣਦੀ ਹੈ, ਮੈਂ ਬਣ ਕੇ ਮਤਲਬ ਕੁਛ ਨਾ ਕਰਿਆ, ਫਿਰ ਤੁਹਾਡੀਆਂ ਗੱਲਾਂ ਸਿਰ ਮੱਥੇ ਬਾਈ, ਹੈ ਨਾ, ਠੀਕ ਹੈ। ਵੀ ਬਾਕੀ ਗੱਲਾਂ ਦਾ ਜਵਾਬ ਤਾਂ ਮੈਂ ਬਹਿਸ ਤਾਂ ਮੈਂ ਸਕਦਾ ਹੀ ਨਹੀਂ ਕਿਸੇ ਚੀਜ਼ ਦੇ ਵਿੱਚ ਵੀ, ਜਾਂ ਬਹਿਸ ਸਹੀ ਹੋ ਜਾਂਦਾ। ਮੈਂ ਕਹਿੰਦਾ ਵੀ ਤੁਹਾਨੂੰ ਕੁਛ ਲੱਗਦਾ ਵੀ ਹੈ ਜਾਂ ਕੁਛ ਇੱਦਾਂ ਦਾ, ਆਓ ਬੈਠੋ ਮੇਰੇ ਨਾਲ ਗੱਲ ਕਰੋ, ਹੈ ਨਾ। ਸੋ ਮੇਰਾ ਵੀਰ, ਇੱਥੇ ਸਾਰੇ ਬੰਦੇ ਚੰਗਾ ਚਾਹੁੰਦੇ ਨੇ, ਸੁਧਾਰ ਚਾਹੁੰਦੇ ਨੇ, ਠੀਕ ਹੈ ਨਾ। ਕੋਈ ਬੰਦਾ ਜੇ ਕੋਈ ਚੰਗੀ ਚੀਜ਼ ਕਰਨ ਦੀ ਕੋਸ਼ਿਸ਼ ਕਰਦਾ ਯਾਰ, ਹੁਣ ਤੁਸੀਂ ਇਹ ਨਾ ਕਰਿਆ ਕਰੋ ਵੀ ਹਾਂ ਯਾਰ ਇਹ ਤਾਂ ਫਲਾਨਾ ਹੋ ਗਿਆ, ਧਮਕਾ ਹੋ ਗਿਆ, ਤਾਂ ਗੱਦਾਰ ਹੋ ਗਿਆ, ਠੀਕ ਹੈ ਨਾ। ਮੈਂ ਉਹੀ ਤੁਹਾਨੂੰ ਕੁਸ਼ਚਨ ਇਹ ਇਸੇ ਕਰਕੇ ਪੁੱਛਿਆ ਵੀ 3 ਸਾਲ ਤੁਸੀਂ ਸਰਕਾਰ ਬਣਾਈ, ਤੁਹਾਡਾ ਤੁਸੀਂ ਦੱਸੋ ਗੱਦਾਰ ਹੈਗੇ ਹੋ ਕਿ ਨਹੀਂ ਹੈਗੇ? ਮੈਂ ਤਾਂ ਕੱਲ੍ਹ ਜੁਆਇਨ ਕੀਤੇ, ਚਲੋ ਮੈਂ ਤਾਂ ਗੱਦਾਰ ਹਾਂ, ਠੀਕ ਹੈ। ਇਹ ਹੱਲ ਨਹੀਂ ਹੈਗਾ ਇਸ ਚੀਜ਼ ਦਾ। ਘੱਟੋ ਘੱਟ ਜੇ ਤੁਸੀਂ ਕੁਛ ਆਪ ਨਹੀਂ ਕਰਨਾ ਤਾਂ ਕਿਸੇ ਬਾਰੇ ਕੁਛ, ਜੋ ਕਰ ਰਿਹਾ ਉਹਨੂੰ ਕਰ ਲੈਣ ਦਿਓ, ਉਹਨੂੰ ਨਾ ਰੋਕੋ। ਨਹੀਂ ਤਾਂ ਕਿਸੇ ਨੇ ਹਿੰਮਤ ਹੀ ਨਹੀਂ ਕਰਨੀ ਇੱਧਰ ਆਉਣ ਦੀ। ਅਗਲਾ ਕਹਿੰਦਾ ਯਾਰ ਮੇਰੇ 4 ਪੈਸੇ ਬਣਦੇ ਆ, ਇਕੱਠੇ ਕਰਕੇ ਸ਼ੋਅ ਲਾਉਣਾ, ਪੈਸੇ ਫੜ ਕੇ ਆਪਣੇ ਘਰ ਜਾਵਾਂ, ਆਪਣੀ ਜ਼ਿੰਦਗੀ ਦੇ ਨਜ਼ਾਰੇ ਲਵਾਂ, ਮੈਂ ਕੀ ਲੈਣਾ ਇਹਨਾਂ ਤੋਂ, ਠੀਕ ਹੈ। ਆਪਦੇ ਕੰਮਾਂ ਜੋ ਕਿ ਪਹਿਲਾਂ ਵੀ ਸੀਗੇ ਕਰਵਾ ਲੈਂਦੇ ਸੀ, ਠੀਕ ਹੈ। ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਹੈ ਨਾ, ਪੋਜ਼ੀਟਿਵ ਰੱਖਿਆ ਕਰੋ ਸਾਰਾ ਕੁਛ। ਬਾਕੀ ਕੋਈ ਦੂਜੀ ਗੱਲ, ਮੈਂ ਜਿਹੜਾ ਲਾਈਵ ਹੋਇਆ, ਮੈਂ ਕਿਸੇ ਨੂੰ ਕੁਛ ਇਹ ਕਹਿਣ ਦੀ ਕੋਈ, ਯਾਨੀ ਕਿ ਮੈਂ ਆਪਦੇ ਪੋਜ਼ੀਟਿਵਿਟੀ ਕਰਨ ਦੀ ਜਾਂ ਕੁਛ ਹੋਰ ਜਾਂ ਸਫਾਈ ਦੇਣ ਵਾਸਤੇ ਨਹੀਂ ਹੋਇਆ। ਮੇਰਾ ਇੱਕ ਪਰਿਵਾਰ ਹੈ, ਮੈਂ ਸਿਰਫ ਉਹਨਾਂ ਨਾਲ ਗੱਲ ਕਰਨ ਵਾਸਤੇ ਲਾਈਵ ਹੋਇਆ, ਨਾ ਮੇਰੇ ਇਸ ਲਈ ਕੋਈ ਵੱਡਾ ਰੀਜ਼ਨ ਹੈ ਵੀ ਜਾਂ ਮੈਂ ਕੋਈ, ਮੈਨੂੰ ਕੋਈ ਉਹ ਚਾਹੀਦਾ ਵੀ ਜਾਂ ਮੈਨੂੰ ਕੋਈ, ਤੁਸੀਂ ਇਹ ਕਹਿ ਦੋਗੇ ਵੀ ਗਦਾਰ ਕਹਿ ਦੋਗੇ, ਗਦਾਰ ਜਾਂ ਨਾ ਜਾਂ ਕੁਛ ਮਾੜਾ ਕਹਿ ਦੋਗੇ, ਮੈਨੂੰ ਮੇਰੇ ਪਰਮਾਤਮਾ ਨੂੰ ਪਤਾ, ਮੇਰੇ ਲੋਕਾਂ ਨੂੰ ਪਤਾ, ਮੇਰੇ ਪਿੰਡਾਂ 'ਚ ਜਾ ਕੇ ਪੁੱਛੋ ਲੋਕਾਂ ਨੂੰ ਵੀ ਉਹ ਕਿੰਨੇ ਖੁਸ਼ ਨੇ, ਠੀਕ ਹੈ ਭਰਾ। ਅਸੀਂ ਆਪਦੇ ਲੋਕਾਂ ਨੂੰ ਜਿੱਥੋਂ ਉੱਠੇ, ਜਿੱਥੋਂ ਰੋਟੀ ਖਾਧੀ, ਜਿੱਥੋਂ ਪਲੇ ਵੱਡੇ ਹੋਏ ਹਾਂ, ਅਸੀਂ ਉਹ ਆਪਦੇ ਉੱਪਰ ਚੱਕਣੇ ਨੇ, ਠੀਕ ਹੈ ਨਾ। ਇੱਥੇ ਗੱਲਾਂ ਕਰਕੇ ਸੋਸ਼ਲ ਮੀਡੀਆ 'ਤੇ ਮੈਂ ਕਹਿੰਦਾ ਉਹ ਫਲਾਨਿਆਂ ਤੋਂ ਭੈ ਫੋ ਹੈ ਧਮਕਾ ਕਹਿ ਸਕਦਾ, ਠੀਕ ਹੈ। ਪਰ ਜਿੰਨੀਆਂ ਚੀਜ਼ਾਂ ਹੋਈਆਂ ਨੇ ਜ਼ਿੰਦਗੀ 'ਚ ਕਰਕੇ ਦਿਖਾਇਆ, ਠੀਕ ਹੈ, ਫਲੋਪ ਹੋ ਕੇ ਵੀ ਜਾ ਸਕਦਾ ਸੀ, ਫਲੋਪ ਹੋ ਕੇ ਵੀ ਹੁਣ ਇੱਧਰੋਂ ਗਾਣੇ ਚਲੋ ਹੰਡ ਕੇ ਚਲੋ ਹੁਣ ਇੱਧਰੋਂ ਪਲਟੀ ਮਾਰ ਲਈਏ, ਪਲਟੀ ਮਾਰ ਦਾਣਾ 'ਚੋਂ ਨਹੀਂ ਹੈਗੇ ਉਸਤਾਦ। ਜਿਹੜੀਆਂ ਚੀਜ਼ਾਂ ਗਲਤ ਹੋਈਆਂ ਨੇ ਉਹ ਪਹਿਲਾਂ ਵੀ ਗਲਤ ਕਿਹਾ, ਠੋਕ ਕੇ ਕਿਹਾ, ਅਤੇ ਅੱਗੇ ਵੀ ਗਲਤ ਕਹਿੰਦੇ ਰਹਾਂਗੇ ਵੀ ਆਹ ਠੋਕ ਕੇ ਗਲਤ ਹੈ, ਚਾਹੇ ਜੋ ਮਰਜ਼ੀ ਹੋਵੇ, ਠੀਕ ਹੈ ਨਾ। ਬਾਕੀ ਮੈਂ ਇਹੀ ਚੀਜ਼ ਆ ਭਰਾ, ਕੋਸ਼ਿਸ਼ ਕਰੂੰਗਾ ਕੁਛ ਨਾ ਕੁਛ ਚੰਗਾ ਕਰਨ ਦੀ। ਬਾਕੀ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰਾ ਵੀ, ਤੁਹਾਡੀਆਂ ਜੋ ਵੀ ਹੈ ਸਿਰ ਮੱਥੇ ਆ। ਹਾਂ, ਸਤਿ ਸ਼੍ਰੀ ਅਕਾਲ।